Example, that is a perfect example. But ਤੁਹਾਡੇ ਤੇ ਆਪਾਂ ਗੱਲ ਲਿਆਈਏ, when you're talking to younger siblings, you tell them, I know, listen to me, because you have more experience. ਉਹਨੇ ਜਿਹੜਾ ਗੁਰੂ ਸਾਹਿਬ ਦਾ ਐਕਸਪੀਰੀਅੰਸ ਆ ਉਹ ਆਪਣੇ ਨਾਲੋਂ ਕਈ ਗੁਣਾ ਨਹੀਂ ਆਪਾਂ ਕਹਿ ਸਕਦੇ, ਬਟ ਇਟਸ ਅਨਮੈਜਰੇਬਲ. ਸੋ ਜੇ ਆਪਾਂ ਗੁਰੂ ਸਾਹਿਬ ਤੋਂ ਕੁਛ ਮੰਗਦੇ ਹਾਂ ਤੇ ਗੁਰੂ ਸਾਹਿਬ ਉਹ ਨਹੀਂ ਦਿੰਦੇ, ਉਸੇ ਗੱਲ ਤੇ ਮੁੜ ਕੇ ਆਉਂਦੇ ਹਾਂ, ਇਹਦਾ ਮਤਲਬ ਗੁਰੂ ਸਾਹਿਬ ਨੇ ਆਪਾਂ ਨੂੰ ਚੀਜ਼ ਨਹੀਂ ਦੇਣੀ. ਉਹਨਾਂ ਨੂੰ ਇਹ ਲੱਗਦਾ ਵੀ ਉਹ ਚੀਜ਼ ਆਪਣੇ ਲਈ ਬੈਸਟ ਨਹੀਂ ਹੈਗੀ ਤੇ ਉਹਨੂੰ ਮੰਨਣਾ ਪਾਣਾ ਵਾ. ਅਗਲਾ ਕੁਐਸਚਨ, ਜੇ ਚਾਰ ਯੋਗ ਆ, ਚਾਰ ਯੋਗ ਮਹਾਰਾਜ ਨੇ ਬਣਾਏ ਆ, ਇਹ ਕਿਸ ਕਾਰਨ ਕਰਕੇ? ਪੁੱਤ ਹੁਣ ਆਪਾਂ ਨੂੰ ਕਾਰਨ ਤਾਂ ਪਤਾ ਨਹੀਂ, ਪਰ ਇੰਨਾ ਕੁ ਜ਼ਰੂਰ ਪਤਾ ਵੀ ਆਪਾਂ ਕਲਯੁਗ ਦੇ ਵਿੱਚ ਆਏ ਤੇ ਆਪਾਂ ਐਕਚੁਅਲੀ ਕਈ ਵਾਰੀ ਸਾਰੇ ਬੱਚੇ ਸੋਚਦੇ ਹਾਂ ਵੀ ਆਪਾਂ ਸਤਿਯੁਗ ਕਰਦੇ ਨਹੀਂ ਆਏ, ਵਧੀਆ ਰਹਿਣਾ ਸੀ ਆਪਾਂ ਕਲਯੁਗ ਚ ਆ ਗਏ ਹਾਂ. ਕਲਯੁਗ ਮਹਾਰਾਜ ਜਿਹੜਾ ਉਹੀ ਹੁਕਮ ਦੀ ਗੱਲ ਆ ਗਈ, ਬਹੁਤ ਵਧੀਆ ਆ. ਕਲਯੁਗ ਚ ਆਪਾਂ ਨੂੰ ਗੁਰੂ ਸਾਹਿਬ ਨੇ ਅਮਰਤੀ ਦਾਤ ਦਿੱਤੀ ਆ, ਆਪਣੇ ਕੋਲ ਪਰਫੈਕਟ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ. ਐਂਡ ਤੀਜੀ ਚੀਜ਼ ਆ, ਤੁਸੀਂ ਇਹਦਾ ਸਿਰਫ ਨਾਮ ਜਪਣਾ ਭਗਤੀ ਕਰਨੀ ਤੇ ਬਹੁਤ ਸੌਖਾ ਸੱਚਖੰਡ ਵਿੱਚ ਬਹੁਤ ਵਧੀਆ ਆਪਾਂ ਨੇ ਸ਼ੋਰਟ ਕੱਟ ਆ. ਐਂਡ ਦਿਸ ਇਜ਼ ਦ ਬੈਸਟ. ਆਪਾਂ ਹੁਣ ਦੇ ਸਤਿਯੁਗ ਦੇ ਵਿੱਚ ਕਿਹੜਾ ਹਜ਼ਾਰ ਦਸ ਦਸ ਵਰ੍ਹਾ ਬਹਿ ਕੇ ਸਮੁੰਦਰਾਂ ਦੇ ਲਾਗੇ ਉਹ ਹੱਟ ਜੀ ਹੋਣੀ ਸੀ ਆਪਣੇ ਕੋਲ ਕਿਲਿਆਂ ਜਿਹਾਂ ਵਾਲੀ, ਹੁਣ ਆਪਾਂ ਵਧੀਆ ਬੈੱਡਾਂ 'ਤੇ ਸੌਂਦੇ ਕਿ ਨਹੀਂ ਸੌਂਦੇ, ਆਨੰਦ ਕਰਦੇ ਕਿ ਨਹੀਂ ਕਰਦੇ? ਇੱਥੇ ਏਸੀ ਲੱਗਿਆ, ਉੱਥੇ ਏਸੀ ਵੀ ਨਹੀਂ ਲੱਗਣਾ, ਉੱਥੇ ਉੱਦਾਂ ਹੀ ਬੈਠਣਾ ਪੈਣਾ. ਪਰ ਆਪਾਂ ਉਵੇਂ ਹੀ ਬੈਠੇ ਰਹਿਣਾ ਸੀ ਚੜ੍ਹਦੀ ਕਲਾ ਦੇ ਵਿੱਚ. ਹਾਂ, ਪਰ ਆਪਾਂ ਨੂੰ ਬਹੁਤ ਵਧੀਆ ਡੀਲ ਮਿਲੀ ਹੈ. ਹਾਂ, ਸੋ ਆਪਾਂ ਇਹ 'ਚ ਖੁਸ਼ ਰਹੀਏ. ਹਾਂਜੀ, ਸੋ ਇਹ ਗੱਲ ਦੇ ਨਾਲ ਇੱਕ ਧੁੱਪ ਦੀ ਮੈਂ ਵੈਸੇ ਗੱਲ ਕਰਨੀ ਚਾਹੁੰਦਾ ਵਾਂ. ਅੱਛਾ, ਜਿਹੜੀ ਯੁਗਾਂ ਦੀ ਗੱਲ ਆ, ਹੁਣ ਟਾਈਮ ਚੇਂਜਿਸ ਰਾਈਟ, ਯਾ ਤੁਹਾਨੂੰ ਪਤਾ ਨਹੀਂ ਜਦੋਂ ਤੁਸੀਂ ਨਿੱਕੇ ਸੀ ਸਮਾਂ ਇਹੋ ਜਿਹਾ ਸੀ ਤੇ ਹੁਣ ਤੁਸੀਂ ਵੱਡੇ ਹੋ ਗਏ ਸਮਾਂ ਇਹੋ ਜਿਹਾ ਵਾ. ਸਮਾਂ ਬਦਲਦਾ ਰਹਿੰਦਾ ਵਾ. ਇੱਕ ਗੁਰਸਿੱਖ ਲਈ ਕੀ ਜ਼ਰੂਰੀ ਹੈ? ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹਿਣਾ. ਮੈਨੂੰ ਭੱਜ ਦੀ ਇਹ ਗੱਲ ਬਹੁਤ ਚੰਗੀ ਲੱਗੀ. ਠੀਕ ਆ, ਜੇ ਤੁਹਾਡੇ ਘਰ ਏ ਸੀ ਹੈਗਾ ਨਹੀਂ ਹੈਗਾ, ਜੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਨੇ ਜਾਂ ਵਿਛੜ ਗਏ, ਹੈਨਾ? ਆਪਾਂ ਗੁਰਸਿੱਖਾਂ ਦਾ ਇਹ ਗੁਣ ਆ, ਇੱਕ ਇਟਸ ਅ ਕੈਰੇਕਟਰਿਸਟਿਕ, ਗੁਰਸਿੱਖ ਨੋ ਮੈਟਰ ਵਟ ਸਿਚੁਏਸ਼ਨ ਇਸ ਆਲਵੇਜ਼ ਇਨ ਚੜ੍ਹਦੀ ਕਲਾ. ਠੀਕ ਆ, ਸੋ ਕੁਐਸਚਨ ਇਹ ਨਹੀਂ ਹੈਗਾ ਵੀ ਜਿਹੜੇ ਚਾਰ ਯੁੱਗ ਨੇ ਕਿਉਂ ਨੇ, ਕੁਐਸਚਨ ਇਹ ਆ ਵੀ ਜਿਹੜੇ ਯੁੱਗ ਦੇ ਵਿੱਚ ਆਪਾਂ ਰਹਿੰਦੇ ਹਾਂ ਇਸ ਯੁੱਗ ਦੇ ਵਿੱਚ ਆਪਾਂ ਚੜ੍ਹਦੀ ਕਲਾ ਕਿਵੇਂ ਰੱਖ ਸਕਦੇ ਹਾਂ? ਠੀਕ ਆ, ਆਪਾਂ ਭਾਣਾ ਮੰਨਣ ਵਾਲੀ ਗੱਲ ਕਿਵੇਂ ਕਰ ਸਕਦੇ ਹਾਂ? ਗੁਰਬਾਣੀ ਦੇ ਨੇੜੇ ਆ ਕੇ ਇਹ ਸਮਝ ਕੇ ਵੀ ਵਟਐਵਰ ਆਰ ਸਰਕਮਸਟੈਂਸਿਸ, ਨੋ ਮੈਟਰ ਵਟ, ਗੁੱਡ ਔਰ ਬੈਡ, ਵੀ ਐਜ਼ ਇੰਡੀਵਿਜੂਅਲਸ ਹੈਵ ਟੂ ਹੈਵ ਫੇਥ ਇਨ ਵਾਹਿਗੁਰੂ ਵੀ ਜੋ ਵਾਹਿਗੁਰੂ ਪਰਮਾਤਮਾ ਜੀ ਕਰਦੇ ਨੇ ਉਹ ਸਹੀ ਕਰਦੇ ਨੇ, ਤੇ ਆਪਾਂ ਜੇ ਉਹ ਭਰੋਸਾ ਰੱਖ ਕੇ ਆਪਣੇ ਗੁਰਸਿੱਖ ਸਿਧਾਂਤਾਂ ਤੇ ਦ੍ਰਿੜ ਰਹਿੰਦੇ ਹਾਂ, ਐਂਡ ਆਮ ਗੋਇੰਗ ਟੂ ਟ੍ਰਾਈ ਅਨਦਰ ਕੁਐਸਚਨ ਇਨ ਰਾਈਟ, ਦੈਨ ਵੀ ਆਰ ਇਨ ਚੜ੍ਹਦੀ ਕਲਾ. ਠੀਕ ਆ, ਆਪਾਂ ਢਹਿੰਦੀ ਕਲਾ 'ਚ ਨਹੀਂ ਰਹਿਣਾ, ਆਪਾਂ ਸੈਡ ਨਹੀਂ ਹੋਣਾ ਕਿ ਮੈਨੂੰ ਆਹ ਨਹੀਂ ਮਿਲਿਆ, ਮੈਂ ਆਹ ਨਹੀਂ ਕੀਤਾ, ਮੈਂ ਆਹ ਨਹੀਂ ਕਰ ਸਕਿਆ, ਕਲਯੁਗ ਕਿਉਂ ਆਇਆ ਵਾ, ਮੇਰਾ ਫਲਾਣਾ ਮੇਰਾ ਆਈ ਡੋਨਟ ਨੋ ਸਾਈਕਲ ਦਾ ਟਾਇਰ ਕਾਹਤੇ ਪੈਂਚਰ ਹੋ ਗਿਆ. ਰਾਈਟ, ਲੈਟਸ ਕੀਪ ਆਰ ਐਕਸਪੈਕਟੇਸ਼ਨਸ ਐਟ, ਜੋ ਗੁਰੂ ਸਾਹਿਬ ਕਰਦੇ ਆ ਉਹ ਸਹੀ ਕਰਦੇ ਆ, ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ. ਇਹ ਇਹਦਾ ਇਹ ਮਤਲਬ ਨਹੀਂ ਆਪਾਂ ਚੀਜ਼ਾਂ ਠੀਕ ਨਹੀਂ ਕਰਨੀਆਂ, ਪੈਂਚਰ ਠੀਕ ਕਰੋ, ਰਾਈਟ, ਸੋ ਯੂ ਕੈਨ ਰਾਈਡ ਯੋਰ ਬਾਈਕ, ਬਟ ਡੋਂਟ ਗੈਟ ਡਿਪਰੈਸਡ ਅਬਾਊਟ ਇਟ. ਠੀਕ ਆ, ਦੈਟਸ ਕਲਯੁਗ, ਬਿਕਾਜ਼ ਵਟ ਵੀ ਆਰ ਡੂਇੰਗ ਦੈਨ ਇਜ਼ ਵੀ ਆਰ ਡੀਵੀਏਟਿੰਗ ਫਰਮ ਚੜ੍ਹਦੀ ਕਲਾ. ਠੀਕ ਆ, ਜਿਹੜੇ ਫਿਰ ਹੁਣ ਜਿਹੜੇ ਕਾਮ ਕ੍ਰੋਧ ਲੋਭ ਤੇ ਹੰਕਾਰ ਦੇ ਜਿਹੜੇ ਔਗਣ ਨੇ ਉਹ ਆਪਣੇ ਦੇ ਵਿੱਚ ਆ ਜਾਂਦੇ ਆ, ਦੈਨ ਵੀ ਆਰ ਡੀਵੀਏਟਿੰਗ, ਹਨਾ? ਫਿਰ ਆਪਾਂ ਜਿਹੜੀ ਨਾਮ ਦਾ ਪੈਰ ਦਾ ਚੜ੍ਹਦੀ ਕਲਾ ਦਾ ਜਿਹੜੀ ਜਿਹੜੀ ਪਟੜੀ ਆ ਤਾਂ ਉਹ ਤੋਂ ਆਪਾਂ ਉੱਤਰ ਜਾਂਦੇ. ਯਾ ਓਕੇ, ਸੋ ਦੇਰ ਇਜ਼ ਅਨਦਰ ਕੁਐਸਚਨ ਰਿਲੇਟਡ ਟੂ ਦਿਸ. ਅਮ
What should we do if people bully you for your dastaar? ਤੁਹਾਡੇ ਵਿੱਚੋਂ ਕੱਲੀ ਦਸਤਾਰ ਦੀ ਗੱਲ ਨਹੀਂ ਆਪਾਂ ਕਰਦੇ, ਆਪਾਂ ਇਹਨੂੰ ਬ੍ਰਾਡ ਕਰਦੇ ਹਾਂ। ਇਹ ਕੁਐਸਚਨ ਪੁੱਛੋ, ਬੁਲੀ ਯੂ ਵੇਅਰ, ਕਿੱਥੇ ਪੁੱਛਦੇ ਆ? ਅੱਛਾ ਚਲੋ, ਯਾ ਲੈਟਸ, ਹੂ ਗੈਟਸ ਬੁਲੀਡ ਪੀਰੀਅਡ? ਦਸਤਾਰ ਕਰਕੇ, ਐਨਕਾਂ ਕਰਕੇ, ਹਾਈਟ ਕਰਕੇ, ਵੇਟ ਕਰਕੇ, ਉਂਗਲਾਂ ਕਰਕੇ, ਵਟ ਐਵਰ, ਹੂ ਗੈਟਸ ਬੁਲੀਡ? ਅੱਛਾ, ਤੇ ਬੁਲੀਇੰਗ ਕਿੱਥੇ ਹੁੰਦੀ ਹੈ? ਹੁਣ ਇੱਥੇ ਲਿਆਉਂਦੇ ਆਪਾਂ ਗੱਲ, ਗੁਰਦੁਆਰਾ ਸਾਹਿਬ ਵੀ ਹੁੰਦੀ ਹੈ ਬੁਲੀਇੰਗ? ਕਿਸੇ ਨੂੰ ਨੀ ਕੋਈ ਬੁਲੀ ਕਰਦਾ? ਇਹ ਤਾਂ ਚੰਗੇ ਬਹੁਤ ਚੜ੍ਹਦੀ ਗੱਲ ਤੁਹਾਡੀ, ਕਿਉਂਕਿ ਥੋੜੇ ਇੱਕ ਸਾਲ ਪਹਿਲਾਂ ਇਹਦੀ ਕੰਪਲੇਂਟ ਆਈ ਸੀ, ਸਾਨੂੰ ਇੱਥੇ ਵੀ ਥੋੜੇ ਕਦੇ ਕਦੇ ਬੁਲੀ ਕਰਦੇ ਨਿਆਣੇ ਇੱਕ ਦੂਜੇ ਨੂੰ, ਦੈਟਸ ਗੁੱਡ। ਪਰ ਜੇ ਕਿਤੇ ਗੁਰਦੁਆਰਾ ਸਾਹਿਬ ਤੁਹਾਨੂੰ ਕੋਈ ਇੱਕ ਦੂਜੇ ਨੂੰ ਕੋਈ ਦਿੱਕਤ ਦਿੰਦਾ ਜਾਂ ਪ੍ਰੋਬਲਮ ਕਰਦਾ ਜਾਂ ਬੁਲੀ ਕਰਦਾ, ਫਿਰ ਤੁਸੀਂ ਸਾਡੇ ਕੋਲ ਰਾਈਟ ਅਵੇ ਕੰਪਲੇਂਟ ਕਰਨੀ, ਕਿਉਂਕਿ ਇੱਥੇ ਜਿਹੜਾ ਇਨਵਾਇਰਮੈਂਟ ਹੋਣਾ ਚਾਹੀਦਾ, ਦਿਸ ਸ਼ੁੱਡ ਬੀ ਵੈਰੀ ਹੋਮਲੀ, ਪਿਆਰ ਸਤਿਕਾਰ ਵਾਲਾ ਇਨਵਾਇਰਮੈਂਟ। ਠੀਕ ਹੈ ਜੀ, ਹਾਂਜੀ, ਤੁਸੀਂ ਸੋ